अपना जिला तो हुशियारपुर सी है ना, तहसील केड़ी सी? गढ़शंकर। हुशियारपुर भी तहसील सी। आहो के तहसील गढ़शंकर सी है। साडी इत्थे गढ़शंकर सी। गढ़शंकर उन्ना आवे भी तहसील आ जांदी विच हुशियारपुर विच। किन्नियां तहसीलां किन्नियां सी हुशियारपुर दियां कोई याद? पंज। पंज? एक तो गढ़शंकर ही असी सुनी है। नहीं नहीं, एक आप हुशियारपुर दो। हां तो बाकी केड़ियां सी कोई याद? उन्ना। उन्ना? हां सही। नवा शहर तो जलंधर च सी। हां जलंधर दा सी ओ, साडा सी है ना नवा शहर, ओ जिला बन गया। कल परसों कोठी दी टीम आई सी ना इंडिया दी, उन्होंने ड्यूटी करते रहे तो उन्होंने गप शप लगे रहे, वो नवे शहर दे सी विच मुंडे, वो दस दे रहे। इधर दा फेर असी जिते पीना पानी तय जो वंड पई उधरों आए उजड़ गए। किन्नी उम्र सी अपनी? बस मैं 10 साल दी हुई। 10 12 साल पढ़दा होना उदो? 12 कते है पढ़दा होना? पढ़दा कते कायल पहली थी लग गया कायल जो गुजरां दे न्याणे दा हाल हुंदा ही पढ़या नहीं मेरे भाई गया खुशिया ए पढ़या दा। अच्छा तो गुजरां शुरू तो सही ते पिंड मेरा कोट मेरे चल गए ना। कोट मेरा तो उधर भी तीन चार हिस्से थे मेरे दे। मेरे भी चार हिस्से थे। वो एक केस केस ना दे एक ऊंचे बेड़े था पता सानू जा गोरसियां करके पता भी ऊंचा बेड़ा सी गबड़ा बेड़ा भी सी। अच्छा फतिया दिमाग में रन कर दिए हो। अच्छा मैं भी थे जी मैं कभी है ने रन में जा अरे मैं दियानू डॉक्टर जिले होना नु। हां हां चुमार चुमूर तो होने पिंड च ਮਾਰ ਪਾਸੇ ਦੇ ਜਿਹਨੇ ਮੈਰੇ ਬੜੇ ਚ। ਅੱਛਾ ਲੋੜੇ ਮੈਰੇ ਤੇ ਤੁਹਾਡਾ ਸਾਰਾ ਗੁੱਜਰ ਮੁਸਲਮਾਨਾਂ ਦਾ ਹੀ ਪਿੰਡ ਪੂਰਾ? ਸਹੀ ਤਾਂ ਉੱਥੇ ਮੁੜ ਕੇ ਚੱਕਰ ਲੱਗਾ ਕਿ ਨਹੀਂ? ਨਹੀਂ ਅਸੀਂ ਮੁੜ ਕੇ ਕਿੱਥੇ ਗਏ? ਕੋਈ ਬੇਲੀ ਜਾਣਾ ਸੱਜਣਾ ਨੂੰ ਕੋਈ ਯਾਰ ਸੱਜਣ ਯਾਦ ਉੱਥੇ ਦਾ ਉਹ ਤਾਂ ਸਾਰੇ ਇੱਥੇ ਹੀ ਆ ਗਏ ਨਾਲੇ ਹੀ ਜੇ ਸਾਰਾ ਮੁਸਲਮਾਨ ਆ ਸਾਰੇ ਹੀ ਉੱਠ ਕੇ ਆ ਗਏ ਕਿ ਰਿਹਾ ਉੱਥੇ ਘਰ ਕੋਈ? ਨਹੀਂ ਕੋਈ ਨਹੀਂ ਸਾਰੇ ਹੀ ਆ ਗਏ। ਲੁਧਿਆਣੇ ਦੇ ਜਿਹੜੇ ਸੀਗੇ ਨਾ ਉਹ ਕੁਛ ਦੇ ਰਹੇ। ਹਾਂ ਇੰਡੀਆ ਦੇ ਕਿਸੇ ਹੋਰ ਜ਼ਰੂਰ ਜਿਹੜੇ ਸੀਗੇ ਨਾ ਉਹਨਾਂ ਉਹ ਮੁੰਡਾ ਇੰਡੀਆ ਦਾ ਇੱਕ ਗੁੱਜਰਾਂ ਦਾ ਕੋਡੀ ਖੇਲਦਾ ਫਰਿਆਦ ਅਲੀ। ਫਰਿਆਦ ਅਲੀ ਉਹ ਗੁੱਜਰ ਚੇਚੀ ਗੁੱਜਰ ਉਹ ਦੇਖ ਲੈ ਉਹ ਉੱਥੇ ਹੀ ਘਰ ਬੈਠਾ। ਹੋਰ ਇੱਦਾਂ ਕਈ ਘਰ ਹੈਗੇ ਆ ਗੁਜਰਾਤਾਂ 'ਚ ਇੱਕ ਘਰ ਬੈਠਾ ਮੇਰੇ ਨਾਨਕਿਆਂ ਦੇ ਪਿੰਡ ਗੁੱਜਰਾਂ ਦੇ ਮੁਸਲਮਾਨਾਂ ਦੇ ਪਿੰਡ ਸੀਗਾ ਨਾ। ਹਾਂ ਸਾਡਾ ਜਿਹੜਾ ਦਾਦਾ ਸੀ ਉਹ ਬਦਰਦੀਨ ਉਹ ਵੀ ਉੱਥੇ ਗੁੱਜਰ ਅਤੇ ਮੁਸਲਮਾਨ ਰਿਹਾ। ਗਾ ਪੜਦਾਦਾ ਸੀ ਦਲੇਰ ਉਹਦਾ ਨਾਂ ਸੀ ਉਹ ਵੀ ਮੁਸਲਮਾਨ ਰਿਹਾ ਉੱਥੇ। ਅਸੀਂ ਸ਼ੁਰੂ ਤੋਂ ਮੁਸਲਮਾਨ ਪੁਰਾਣੇ ਮੁਸਲਮਾਨ ਅਸੀਂ ਸ਼ੁਰੂ ਤੋਂ ਪੁਰਾਣੇ ਹੋਏ। ਇਹ ਨਹੀਂ ਵੀ ਹਿੰਦੂ ਮੁਸਲਮਾਨ ਹੋ ਗਏ ਜਾਂ ਸਿੱਖ ਹਿੰਦੂ ਹੋਏ ਸਾਰੇ ਇੱਥੇ ਹਿੰਦੂ ਮੁਸਲਮਾਨ। ਹਾਂ ਇਹ ਵੀ ਉਹ ਚਾਰ ਪੁਸ਼ਤਾਂ ਪਹਿਲਾਂ ਹੋ ਗਏ। ਚਾਰ ਪੁਸ਼ਤਾਂ ਪਹਿਲਾਂ ਹੋ ਗਏ ਮੁਸਲਮਾਨ ਕਿੱਦਾਂ ਹੋਇਆ ਨਾ? ਉਹ ਚੱਗਾ ਤਾਂ ਇੱਕ ਵਾਰੀ ਚੱਗਾ ਪੈ ਗਿਆ ਚਮਾਰ ਨਾ ਜਿਹੜੇ ਚਮਾਰ ਸਕੇ ਜਿਹੜੇ ਚੂਵਲ ਕਰਦਾ। ਹਾਂ ਉਹ ਦੱਬਣ ਨਾ ਦਿੰਦੇ ਉਹ ਸਾੜਦੇ ਸੀ ਕਬਰਸਤਾਨ ਵਿੱਚ ਡੱਬਲ ਨਾ ਦਿੰਦੇ ਮੁਸਲਮਾਨਾਂ ਨੂੰ। ਮੁਸਲਮਾਨ ਜਿਹੜੇ ਸੀਗੇ ਨਾ ਉੱਥੇ ਡੱਬਲ ਨਾ ਦਿੰਦੇ। ਕਿਉਂ ਨਹੀਂ ਕਹਿੰਦੇ? ਚੰਨ ਕੇ ਵਿੱਚ ਝਗੜਾ ਹੋਣਾ ਤੁਸੀਂ ਫੂਕੋ ਜਾਂ ਉੱਧਰ ਕਰੋ ਇਹ ਚਾਨੂ ਦੇ ਜਾਂ ਬਾਨੂ ਦੇ ਆ ਇਹ ਮਰਦਾਰ ਵੀ ਚੱਕ ਲੈਂਦੇ ਤੇ ਸਭ ਕੁਝ ਕਰ ਲੈਂਦੇ ਤੇ ਤੁਹਾਡੀ ਹਕੂਮਤ ਫਿਰ ਚਮਾਰਨ ਦੀ ਹਕੂਮਤ ਆਈ ਨਹੀਂ ਗਿਆ ਕਿਹੜਾ ਆਇਆ ਹੈ ਕਿਹੜਾ ਚਮਾਰਨ ਦੀ ਹਕੂਮਤ ਹੋਈ ਫਿਰ ਆਈ ਹੋ ਇੰਦਰਾ ਗਾਂਧੀ। ਇੰਦਰਾ ਗਾਂਧੀ ਨਹਿਰੂ ਉਹ ਚਮਾਰਾ ਜੋ ਸੀ ਉਹਨਾਂ ਦੇ ਵਿੱਚੋਂ ਫਿਰ ਵੀ ਸਿੱਖਿਆ ਦਾ ਹੱਕ ਹੁਣ ਸਿੱਖਾਂ ਨੂੰ ਵੀ ਜਿਹੜੀ ਗੱਲ ਹੈਗੀ ਸਿੱਖਾਂ ਨੂੰ ਵੀ ਮਾਰ ਮਾਰ ਕੇ ਉਹ ਇੰਦਰਾ ਗਾਂਧੀ ਵੀ ਨਹੀਂ ਵੱਡੀ ਹੈ। ਆਹੋ ਹਾਂ ਸਿੱਖ ਜਿਹੜੇ ਅਸਲੀ ਸਿੱਖ ਸੀਗੇ ਨਾ ਉਹ ਮੁਸਲਮਾਨਾਂ ਨੂੰ ਨਾ ਕਰ
ਜਿਹੜੇ ਅਸਲੀ ਸਿੱਖ ਸੀ ਇਹ ਤਾਂ ਆਦਾਂ ਸੀ ਹਨਾ ਵੀ ਜਿੱਦਾਂ ਹੁਣ ਅਧਰੋਂ ਵੀ ਜਿਹੜੇ ਸਹੀ ਮੁਸਲਮਾਨ ਆ ਦੀਨ ਵਾਲਾ ਬੰਦਾ ਉਹਨੇ ਸਿੱਖ ਕੋਈ ਨਹੀਂ ਛੇੜਿਆ ਜਿਹੜੇ ਲੁੱਟਣ ਖੋਹਣ ਵਾਲੇ ਹੈ ਹੀ ਆ ਉਹਨਾਂ ਨੇ ਕਿਹਾ ਦਾ ਦਾ ਕੰਮ ਆ ਚਲੋ ਤੋਰੋ ਕੰਮ ਇਹ ਖਾਓ ਪਹਿਲਾਂ ਟ੍ਰੇਨ ਅਧਰੋਂ ਗਈ ਮੁਲਤਾਨ ਵੱਲੋਂ ਵੱਡੀ ਜਿਹੜੀ ਟ੍ਰੇਨ ਗਈ ਆ ਉੱਥੇ ਉਹਦੇ ਜਵਾਬ ਚ ਸਿੱਖਾਂ ਨੇ ਫਿਰ ਇਹ ਕਰਨਾ ਸ਼ੁਰੂ ਕੀਤਾ ਸਿੱਖਾਂ ਨੇ ਸ਼ੁਰੂ ਕੀਤਾ ਤਾਂ ਆਪਣੇ ਖੈਰੋ ਖੈਰ ਹੀ ਸਾਰੇ ਆ ਗਏ ਕੋਈ ਹਮਲਾ ਤਾਂ ਨਹੀਂ ਹੋਇਆ ਸ਼ਿਮਲਾ ਉਹਨਾਂ ਦਾ ਇੱਦਾਂ ਪਈ ਜਿੱਦਾਂ ਸਾਡਾ ਮਰੀ ਆ ਸੋਹਣਾ ਇਲਾਕਾ ਸ਼ਿਮਲੇ ਦਾ ਰਿਆਸਤ ਕੀ ਦਾ ਹੋ ਪਟਿਆਲੇ ਦੀ ਪਟਿਆਲੇ ਉਹ ਪਟਿਆਲੇ ਦੇ 101 ਰਾਣੀ ਤਾਂ ਉਹਦੀ ਜੀਗੀ ਰਾਣੀ ਪਟਿਆਲੇ ਹੈ ਸਹੀ ਦਾ ਟੀਕਾ ਲੱਗ ਰਿਹਾ ਹੁੰਦਾ ਤਾਂ ਉਹਦਾ ਸੀਗਾ ਨਹੀਂ ਕੰਮ ਚੌਪੀ ਭਲੀ ਇੱਕ ਮੇਰੇ ਹੁੰਦੇ ਤੇ ਹੋਇਆ ਖਾਣ ਦਾ ਤੁਰਿਆ ਜਬ ਹੈ ਤਾਂ ਉਹ ਮੇਰੇ ਵੀ ਜਾਲ ਦੇ ਜੀਗਾ ਸਮਾਨ ਕਾਲੀਆਂ ਮਿਰਚਾਂ ਲੂਣ ਏਦਾਂ ਆ ਮੰਡੀ ਦੇ ਮੰਡੀ ਤੇ ਲੈ ਕੇ ਆ ਜਾਣਾ ਸ਼ਾਮ ਨੂੰ ਜਦੇ ਆ ਜਾਣਾ ਜਾਂਦਾ ਰਿਹਾ ਨਹੀਂ ਅਸੀਂ ਨਹੀਂ ਗਏ ਬਾਕੀ ਵਪਾਰੀ ਹੋ ਜਾਂਦੇ ਨੇ ਵਪਾਰੀ ਨਾਲ ਬੰਦੇ ਲੈ ਕੇ ਜਾਂਦੇ ਸੀ ਮੈਂ ਬੰਦਾ ਉਦੋਂ ਹੀ ਕਹਿੰਦਾ ਬਈ ਚਲੋ ਨਾਲ ਜਾਇਆ ਨਾ ਦੇਖਿਆ ਨਾ ਚਾਹਤ ਹੁੰਦੀ ਆ ਆਹੋ ਤੇ ਮੁੜ ਕੇ ਉਹ ਹੁਣ ਆਏ ਹੈ ਨਾ ਸਿੱਖਾਂ ਦੀ ਟੀਮ ਉਹ ਲਾਹੌਰੋਂ ਜਦੋਂ ਫੈਸਲਾਬਾਦ ਮੈਚ ਖੇਲਣ ਆਈ ਆ ਉਹਨਾਂ ਨੇ ਵਿੱਚ ਹੈ ਨਾ ਕਿਆ ਗੱਡੀ ਰੁਕਵਾ ਲਈ ਕਹਿੰਦੇ ਪਹਿਲਾਂ ਨਨਕਾਣੇ ਲੈ ਕੇ ਜਾਓ ਮੱਥਾ ਟੇਕਣਾ ਫਿਰ ਅਸੀਂ ਫੈਸਲਾਬਾਦ ਨੂੰ ਜਾਣਾ ਉਹ ਉੱਥੇ ਆਪਣਾ ਮੱਥਾ ਟੇਕਿਆ ਉਹਨਾਂ ਨੇ ਆਪਣਾ ਫਿਰ ਆਏ ਫੈਸਲਾਬਾਦ ਅੱਛਾ ਜਦੋਂ ਆਏ ਆ ਕਿਹੜੇ ਪਿੰਡ ਆਏ ਸੀ ਉਦੋਂ ਉੱਥੇ ਫਿਰ ਕੈਂਪ ਕਿੱਥੇ ਲੱਗਾ ਕਿਹੜਾ ਤੁਹਾਡਾ ਜਦੋਂ ਉੱਥੋਂ ਉੱਜੜ ਕੇ ਤੁਰੇ ਆ ਪਾਕਿਸਤਾਨ ਇੱਧਰ ਆਉਣ ਲਈ ਮੈਰੇ ਤੋਂ ਕੈਂਪ ਲੱਗਾ ਹੋਣਾ ਕੈਂਪ ਤੇ ਇਕੱਠੇ ਹੋਏ ਹੋਣੇ ਆ ਅੱਛਾ ਸ਼ਿਮਲੇ ਤੋਂ ਸਿੱਧੇ ਇੱਥੇ ਹੀ ਆਏ ਉੱਥੇ ਜਿਹੜਾ ਫਿਰ ਲੱਗਾ ਨਾ ਕੰਮ ਫਲੋਰ ਲੱਗਾ ਤਾ ਫਲੋਰ ਲੱਗਾ ਤਾ ਘੁੰਮ ਕੇ ਫਿਰ ਇੱਥੇ ਸਾਰੇ ਆਉਂਦੇ ਰਹੇ ਸੱਤ ਗੱਡੀਆਂ ਉੱਥੇ ਤੇ ਲਗਾਈਆਂ ਸਾਡੀਆਂ ਸਾਹਿਬ ਨੇ ਮੇਰਾ ਸਾਹਿਬ ਸਿਰ ਡੱਸ ਗਿਆ ਉਹ ਫਟ ਕੋਈ ਹੋਵੇ ਸਿੱਖ ਹੋਵੇ ਕੋਈ ਉਹਦੇ ਮਾਰ ਦੇਣਾ ਨਲਕਿਆਂ 'ਚ ਪਾਣੀ ਪਾ ਦੇਣਾ ਨਲਕਿਆਂ 'ਚ ਜ਼ਹਿਰ ਪਾ ਦੇਣਾ ਨਲਕੇ ਸੀ ਉਹਦਾ ਖੂਹ ਸੀਗੇ ਨਲਕੇ ਸੀ ਖੂਹ ਸੀ ਬੰਗਾ ਸਾੜੀ ਬਣਨਾ ਤਾਂ ਸਤਲੁਜ ਬੰਨਾ ਬਾਘਾ ਟਾਈ
ਇੱਥੇ ਬਣਾ ਤੀ ਕੁੜੀ ਜਗ੍ਹਾ ਨੇ ਬਾਗੇ ਤੇ ਹਾਂ ਬਾਗਾ ਅਠਾਲੀ ਅੰਬਰਸਰ ਆਹੋ ਅੰਬਰਸਰ ਬਣਾਈ ਨਾ ਇਹ ਬਾਗਾ ਅਠਾਲੀ ਉਹ ਸੀਗੀ ਸਤਲੁਜ ਬਾਗ ਫਿਰ ਜ਼ਿਲ੍ਹੇ ਨਾ ਉੱਠਣੀ ਸਾਡੇ ਉਹ ਤਾਂ ਜ਼ਿਲ੍ਹੇ ਉਹ ਜਿਹੜੇ ਹੈ ਨਾ ਚਾਰ ਪੰਜ ਜ਼ਿਲ੍ਹੇ ਜਿਹੜੇ ਨਕਸ਼ੇ ਦੇ ਮੁਤਾਬਕ ਪਹਿਲੇ ਦੇ ਮੁਤਾਬਕ ਸੀਗੇ ਉਹ ਆ ਜਾਂਦੇ ਨਾ ਕਸ਼ਮੀਰ ਦਾ ਰੋਲਾ ਸੀ ਨਾ ਅਸੀਂ ਉੱਠ ਕੇ ਆਉਣਾ ਸੀਗਾ ਇੱਥੇ ਰੋਲਾ ਹੀ ਮੁੱਕ ਜਾਣਾ ਸੀ ਸਾਰਾ ਚਰੀ ਰਹਿਮਤ ਅਲੀ ਜੋ ਲੜਿਆ ਆ ਕੇ ਇੱਥੇ ਇਸੇ ਗੱਲੋਂ ਲੜਿਆ ਉਹ ਸੱਚਾ ਸੀ ਉਹ ਰੱਖਿਆ ਤੇ ਉਹਨੇ ਨਜ਼ਰ ਬੰਦੇ ਰੱਖਿਆ ਹੁਣ ਧਾਂਦੜਾ ਆਇਆ ਉਹਦੇ ਘਰ ਦੇ ਧਾਂਦਰੇ ਬੈਠੇ ਆ ਉਹਦੀ ਜਿਹੜੀ ਆ ਕਬਰ ਹੈਗੀ ਇੰਗਲੈਂਡ 'ਚ ਮੈਂ ਕਹਿੰਦਾ ਇੱਥੇ ਆ ਗਿਆ ਤਾਂ ਇੰਗਲੈਂਡ 'ਚ ਕਬਰ ਆ ਉਹਨੂੰ ਪਾਕਿਸਤਾਨ ਦਾ ਆਉਣ ਦੀ ਇਜਾਜ਼ਤ ਹੀ ਨਹੀਂ ਨਾ ਉਹਦੀ ਕਬਰ ਨੂੰ ਉਹ ਲਿਆ ਪਾਕਿਸਤਾਨ ਦਾ ਕਾਨੂੰਨ ਆ ਕਿ ਉਹ ਜ਼ਿੰਦਾ ਜਾਂ ਮੁਰਦਾ ਪਾਕਿਸਤਾਨ ਨਹੀਂ ਆ ਸਕਦਾ ਪਾਕਿਸਤਾਨ ਦਾ ਨਾਂ ਓਹਨੇ ਰੱਖਿਆ ਉੱਥੇ ਅੰਗਰੇਜ਼ਾਂ ਦੇ ਨਿਆਣੇ ਅੰਗਰੇਜ਼ਾਂ ਦੇ ਖਿਲਾਫ ਓਹਨੇ ਲੜਾਏ ਸੜਕਾਂ ਤੇ ਕਢਾਏ ਸਿਰਫ ਰੋਲਾ ਕੀ ਸੀਗਾ ਓਹਨੇ ਕਿਹਾ ਜਿਹੜੇ ਚਾਰ ਪੰਜ ਜ਼ਿਲ੍ਹੇ ਦੇ ਦਿੱਤੇ ਆ ਤੂੰ ਇਹ ਕਿਉਂ ਦਿੱਤੇ ਹੁਸ਼ਿਆਰਪੁਰ ਜਲੰਧਰ ਗੁਰਦਾਸਪੁਰ ਪਠਾਨਕੋਟ ਇਹ ਕਿਉਂ ਦਿੱਤੇ ਆ ਇੰਡੀਆ ਨੂੰ ਜੇ ਪਾਕਿਸਤਾਨ ਨੂੰ ਆ ਜਾਂਦੇ ਸਾਨੂੰ ਤਾਂ ਉੱਠ ਕੇ ਇੱਧਰ ਆਉਣਾ ਹੀ ਨਹੀਂ ਪੈਣਾ ਸੀ ਉੱਥੇ ਬੈਠੇ ਰਹਿਣਾ ਸੀਗਾ ਦਿੱਲੀ ਦਾ ਜਿਹੜੇ ਲੋਕ ਇੱਧਰ ਆ ਗਏ ਆ ਗਏ ਨਹੀਂ ਦਿੱਲੀ ਹੈਗਾ ਉਹਦਾ ਕੋਈ ਤਬਾਦਲਾ ਨਹੀਂ ਦਿੱਲੀ ਦਾ ਤਬਾਦਲਾ ਨਹੀਂ ਹੈਗਾ ਦਿੱਲੀ ਹੁਣ ਇੱਥੇ ਆਪਣੇ ਬੈਠੇ 24 ਤੋਂ 25 ਕਰੋੜ ਮੁਸਲਮਾਨ ਉਹਨਾਂ ਦੇ 32 ਕਰੋੜ ਮੁਸਲਮਾਨ ਇੰਡੀਆ 'ਚ ਰਹਿ ਗਿਆ ਇੱਥੇ ਤੇਰੇ ਸਮੁੰਦਰੀ 'ਚ ਇੱਕ ਪਿੰਡ ਹੈਗਾ ਹਿੰਦੂਆਂ ਦਾ ਸਿੰਧ ਸਾਰਾ ਸਿੰਧ ਦੇ ਵਿੱਚ ਬਲੋਚਿਸਤਾਨ ਹੈ ਬਹੁਤ ਹਿੰਦੂ ਬੈਠੇ ਆ ਲੇਕਿਨ ਇੱਕ ਚੀਜ਼ ਹੈ ਤਾਂ ਆ ਅਖਤਰਾਬਾਦ ਸਾਰੇ ਸਾਡੇ ਹੁਣ ਇੱਥੇ ਆ ਮੰਡੀ 'ਚ ਆ ਜਾਂਦੇ ਆ ਜਾਂ ਕੱਪੜਾ ਲੈਣ ਆਉਂਦੇ ਹਿੰਦੂ ਸਿੱਖ ਆ ਸਿੰਧੀ ਵੀ ਆ ਜਾਂਦੇ ਆ ਨਨਕਾਣੇਵਾਲ ਦੇ ਸਿੱਖ ਵੀ ਆ ਜਾਂਦੇ ਆ ਕੋਈ ਨਫ਼ਰਤ ਨਹੀਂ ਕਰਦਾ ਨਹੀਂ ਨਹੀਂ ਅਸੀਂ ਵੀ ਨਹੀਂ ਨਫ਼ਰਤ ਕਰੀ ਦੀ ਵੀ ਹਿੰਦੂ ਜਾਂ ਸਿੱਖ ਆ ਅਸੀਂ ਖੁਸ਼ ਹੋ ਕੇ ਮਿਲੀ ਦਾ ਮੁਹੱਬਤ ਨਹੀਂ ਮਿਲਦੇ ਆ ਉੱਧਰ ਦਿਲ 'ਚ ਕੋਈ ਨਹੀਂ ਹੈ ਹਿੰਦੂ ਕਰਾ ਤੱਕ ਮਾਰਿਆ ਜਮਾ ਮੁਸਲਮਾਨ ਪਹਿਲੀ ਨਿਕਾਣਾ ਸਾਹਿਬ ਹੈ ਪੰਜ ਤਨ ਦਾ ਪੁਤਲਾ ਪੰਜ ਸੌ ਮਰਬਾ ਉਹਦਾ ਪੰਜਾਂ ਰੁਪਈਆਂ ਦੇ ਵੱਧ ਉਹਨੇ ਪੈਸਾ ਜੀ ਲਾਇਆ ਕਿਰਾਏ ਦਾ ਬਾਹੀ ਜਾਣਾ ਜਿਹੜਾ ਕੋਈ ਇੱਥੇ ਰਹਿ ਨਨਕਾਣੇ ਜ਼ਿਲ੍ਹੇ ਦਾ ਹਲੇ ਵੀ ਹੈ ਨਾ 500-600 ਜਿਹੜਾ ਮੁਰੱਬਾ ਉਹ ਬਾਬੇ ਗੁਰੂ ਨਾਨਕ ਦੇ ਨਾਮ ਠੀਕ ਆ ਔਰ ਉਹਨੇ ਇੱਕ ਹੈ ਨਾ ਪਿਆ ਹੁਣ ਤੂੰ ਝੋਨਾ ਚੱਕਿਆ ਇੱਕ ਥੈਲਾ ਬੋਰਿਆਂ ਦਾ ਤੇਰੇ ਤੋਂ ਇੱਕ ਥੈਲਾ ਲੈਣਾ ਚੋਲਾਂ ਦਾ ਜ਼ਮੀਨ ਬਾਈ ਜਾ ਠੀਕ ਆ ਕਣਕ ਚੱਕੀ ਅਤੇ ਇੱਕ ਥੈਲਾ ਕਣਕ ਦਾ ਅਤੇ ਜੇ ਤੇਰੇ ਪਿੰਡ ਕਿਸੇ ਦੇ ਹੈ ਨਾ ਬੱਚੀ ਦੀ ਸ਼ਾਦੀ ਆ ਅਤੇ ਤੇਰੇ ਘਰ ਆ ਗਈ ਬੱਚੀ ਦੀ ਸ਼ਾਦੀ ਤੇ ਤੇਰੇ ਪੂਰੇ ਖਾਨਦਾਨ ਤੋਂ ਨਹੀਂ ਲੈਣਾ ਤਾਂ ਕਹਿਣਾ ਪੂਰੇ ਖਾਨਦਾਨ ਨੂੰ ਕਹਿਣਾ ਇਹਦੇ ਘਰ ਦੇ ਦਿਓ ਇਹ ਘਰ ਦਾ ਦੇ ਦਿਓ ਹਾਂ ਉਹ ਜਿਹੜੇ ਇੱਧਰ ਦੇਣੇ ਆ ਨਾ ਦਰਬਾਰ ਤੇ ਉਹ ਇੱਧਰ ਦੇ ਦਿਓ ਮੈਂ ਉੱਥੇ ਜੁੱਤੀ ਖੋਲ ਕੇ ਸਭ ਜੁੱਤੀ ਸੇਫਟ ਉੱਧਰ ਜਾਣ ਨਾ ਦਿੰਦੇ ਲਕਾਣਾ ਸਾਹਿਬ ਹਾਂ ਨੰਗੇ ਸਿਰ ਵੀ ਮੈਂ ਜੁੱਤੀ ਗਿਆ ਕੇ ਸਭ ਕੁਝ ਦੇਖ ਕੇ ਸਾਰੀ ਦੇਖ ਕੇ ਆਏ ਮੈਂ ਵੀ ਜਾ ਕੇ ਆਇਆ ਪਿਛਲੇ ਦਿਨ ਆਏ ਅੰਦਰ ਅੰਦਰ ਤੋੜ ਸਾਰਾ ਨੀਰਾ ਸੀਗਾ ਜੱਤਾ ਤਿੰਨ ਦੁਕਾਨਾਂ ਤੀਆਂ ਨੇਗੀਆਂ ਉੱਥੇ ਬਾਹਰ ਤੋਂ ਝਾੜੀ ਚੂੜੀ ਰੱਖੀ ਜਿਹੜੀ ਹਰ ਸਭ ਕੁਛ ਹਰ ਇੱਥੋਂ ਮਿਲ ਜਾਂਦੀ ਸੀ ਹਰ ਚੀਜ਼ ਇੰਡੀਆ ਦੀ ਪੱਗਾਂ ਮਿਲਣੀਆਂ ਇੰਡੀਆ ਦੀਆਂ ਹੈਂ ਚਾਦਰ ਇੰਡੀਆ ਦੀ ਜਿਹੜੀ ਹਲੇ ਵੀ ਯਾਦ ਕਰਦੇ ਗਰਮ ਚਾਦਰ ਉਹ ਜਿਹੜੀ ਇੰਡੀਆ ਦੀ ਉਹੀ ਆ ਸਾਡੇ ਤਾਂ ਸਵਾਦ ਹੀ ਕੋਈ ਨਹੀਂ ਭਾਰੀ ਚੱਕੀ ਦਾ ਕਿਸਾਈ ਸੀਗਾ
अच्छा हिंदू भी कसाई होंदे हो तो गोश्त दे खिलाफ हिंदू नहीं मुसलमान से कसाई बंदूक है जिसे बंदूक ही ना बंदूक अच्छा अच्छा ओदे होटल उस ना ओदे ना दे हले इत्थे बने आ हुन होटल बने ना हां ए कहना जिनका पत्थर का भगवान हो के लेने के हिंदुस्तान है ओरा कुट-कुट का मारने कले कसाई ने अच्छा ओ उठे ए जड़ी गाईया ना पटियाला लंघ ना दिंदा कहता फिर रात नु लिखाओ दिन नु मैं जब सही नहीं ओ बंदूखां देखिया था बारह रुपये ਸ਼ਿਮਲੇ ਕੰਮ ਕਰਦਾ ਸੀ ਉਦੋਂ ਹੋਟਲ ਤੇ ਹਾਂ ਉਦੋਂ ਹੋਟਲ ਦੇ ਠਾਣੇਦਾਰ ਦੇ ਹੋਰ ਨਾਲ ਕਿਹੜੇ ਕਿਹੜੇ ਸੀ ਸ਼ਿਮਲੇ ਹੋਟਲ ਤੇ ਤੇ ਨਾਲ ਇੱਕ ਜੀਤ ਸੀ ਆਪਣਾ ਅੱਛਾ ਹਾਂ ਅੱਜ ਤੱਕ ਜੀ ਕਹਿੰਦੇ ਬੜੀ ਗੱਲ ਚੋਂ ਉਹ ਜੀ ਦਾ ਰਹਿਣਾ ਇਹਨਾਂ ਦਾ ਅੱਛਾ ਇਹ ਜੀ ਰਹਿਣਾ ਬਸ਼ੀਰ ਬਾਪ ਦਾ ਆਉਣਾ ਪੇ ਬਸ਼ੀਰ ਬਾਪ ਦਾ ਪੇ ਰਹਿਣਾ ਹਾਂ ਤੇ ਜੀ ਜੀ ਇਹਨਾਂ ਦੇ ਸੀ ਉਹ ਵੀ ਜੀ ਅਕਰਾਮ ਦਾ ਪੇ ਅਕਰਾਮ ਉਹਨਾਂ ਦਾ ਹਾਂ ਜੀ ਉਹ ਹੋਟਲ ਦੇ ਘੋਰੇ ਆ ਜਿਹੜਾ ਮਹਾਰਾਜਾ ਸੀ ਉੱਥੇ ਸ਼ਿਮਲੇ ਦਾ ਉਹਦੀ ਕੋਈ ਬੱਗੀ ਵੀ ਖਿੱਚਦੇ ਸੀ ਆਪਣੇ ਪਿੰਡ ਦੇ ਖਿੱਚਦੇ ਸਾਰੇ ਕਈ ਮੁਸਲਮਾਨ ਦੇ ਸਾਡੇ ਆਪਣੇ ਪਿੰਡ ਦੇ ਵੀ ਸੀ ਕੋਈ ਮੈਰੇ ਦੇ ਵੀ ਕੋਈ ਕੋਬਰੀ ਦੇ ਜਿਹੜੇ ਵੀ ਆਏ ਨਾ ਉੱਥੋਂ ਰਿਕਸ਼ੇ ਵੀ ਇੱਥੇ ਕੋਬਰੀ ਦੇ ਇੱਥੇ ਆਏ ਉੱਥੋਂ ਸ਼ਿਮਲੇ ਦੇ ਅੱਛਾ ਘੋੜੀਆਂ ਦੇ ਜਿਹੜੀਆਂ ਉਹ ਵੀ ਕਾਫਲੇ ਨੇ ਪੰਜਾਬੀਆਂ ਦੇ ਇੱਥੇ ਸਹੀ ਤਾਂ ਉਹ ਮਹਾਰਾਜਾ ਜਿਹੜਾ ਹਿੰਦੂ ਸੀ ਸ਼ਿਮਲੇ ਦਾ ਉਹ ਰਿਆਸਤ ਕੀ ਉਹ ਪਟਿਆਲੇ ਰਿਹਾ ਜੀ ਸਿੱਖ ਦੀ ਸਿੱਖ ਸੀ ਰਿਆਸਤ ਸਹੀ ਤਾਂ ਹੁਣ ਜੇ ਤੈਨੂੰ ਕੋਈ ਕਹੇ ਆ ਜਾ ਤੈਨੂੰ ਸ਼ਿਮਲਾ ਵੀ ਦਿਖਾਈਏ ਤੇ ਮਹਿਰਾ ਵੀ ਕਰਦਾ ਦਿਲ ਆਪਣੇ ਪਿੰਡ ਯਾਦ ਆ ਰਹੇ ਹੋ ਬਸ ਯਾਦ ਤਾਂ ਵੇ ਦਿਨਿਆ ਕੀ ਚੀਜ਼ ਆਪਣੇ ਘਰ ਬਾਹਰ ਉੱਥੇ ਕੈਸੇ ਸੀ ਕਿਤਾ ਵੇ ਸੀ ਘਰ ਤਾਂ ਕੱਚੇ ਹੀ ਹੋਣੇ ਉਹ ਤਾਂ ਸਾਰੇ ਪੱਕੇ ਨਹੀਂ ਜੀਗੇ ਕੱਚੇ ਦਰਵਾਜ਼ਾ ਕਿਹਦਾ ਪੱਕਾ ਕਿਹਦਾ ਕੱਚਾ एक दिन ना नेट ते एक मैं देखा वीडियो एक रजपूत सिगा हुशियारपुर दा ओ नाल दे पिंडां दे विच है ना किसे दा कोई गर्ज होनी उहने पूरी कर देनी ਚੰਗਾ ਸੌਖਾ ਸੀ ਉਹ ਕਹਿੰਦੇ ਬਾਅਦ 'ਚ ਉਹਨਾਂ ਕੋਲ ਮੁਲਾਕਾਤ ਤੁਹਾਡੀ ਹੋਈ ਜਾਂ ਕੀ ਉਹਨੇ ਕਿਹਾ ਜਦੋਂ ਉੱਥੇ ਉੱਜੜ ਕੇ ਉੱਥੇ ਗਿਆ ਨਾ ਕਹਿੰਦਾ ਉਹਦਾ ਇੱਕੋ ਹੀ ਖਾਤਾ ਆਇਆ ਵੀ ਮੈਂ ਹੁਣ ਪਨਾਹੀ ਹੋ ਗਿਆ ਵੀ ਜਗੀਰਦਾਰ ਤੋਂ ਪਨਾਹੀ ਹੋ ਗਿਆ ਮੈਂ ਪਨਾਹ ਮੰਗੀ ਅੱਗੇ ਜਾ ਕੇ ਤੇ ਉੱਥੋਂ ਥੋੜ੍ਹੇ ਦਿਨ ਬਾਅਦ ਕਹਿੰਦੇ ਉਹ ਅੱਲਾ ਨੂੰ ਪਿਆਰਾ ਹੋ ਗਿਆ ਇਸੇ ਗਮ 'ਚ ਕਿੱਥੋਂ ਕਿੱਥੇ ਲਿਆ ਕੇ ਸਹੀ ਹਰਿਆਲੀ ਵਾਲੀ ਜਗ੍ਹਾ ਤੇ ਆ ਗਈ ਤਾਂ ਆਪ ਹੀ ਵਧਣਾ ਉਹਨੇ ਪਾਣੀ ਚੰਗਾ ਹੋਵੇ ਨਹੀਂ ਇਹ ਮੱਝਾਂ ਦਾ ਵਪਾਰ ਜਿਹੜਾ ਉੱਥੇ ਕਰਦਾ ਤੇ ਮੁੜ ਕੇ ਇੱਥੇ ਆ ਕੇ ਵੀ ਕੀਤਾ ਕਿ ਨਹੀਂ ਇੱਥੇ ਵੀ ਕਰ ਰਹੇ ਇੱਥੇ ਵੀ ਪੈਂਦੇ ਮੈਂ 3000 ਦੀ 3 ਲੱਖ ਦੀ 2.5 ਲੱਖ ਦੀ ਹੋ ਗਈ ਜੀ ਉਹਦੇ 300 ਦੀ 1500 ਦੀ ਉਹ ਬੜੀ ਬੜੀ ਹੋਣੀ ਜਿਹੜੀ 1500 ਦੀ ਨਾ ਬੜੀ ਵੀ ਇਲਾਕੇ ਨੇ ਦੇਖਣ ਆਣਾ ਹੈ 100 ਰੁਪਏ ਦੀ ਦੇਖਣਾ ਦੇਖੇ 50 ਰੁਪਏ ਦੀ ਮੈਂ 100 ਰੁਪਏ ਦੀ ਦੇਖਣਾ ਦੇਖੇ ਵਿਆਹ 100 ਦੀ ਲਿਆ ਆ ਕੋਈ ਮੈਂ ਇੱਥੋਂ ਆ ਕੇ ਗਈ ਹੈ ਕਿ ਇੱਕ ਗੁੰਦੀ ਮੈਂ ਕੀ ਛੁਪੀ ਦੀ ਹੈ ਕੱਦ ਬੜਾ ਉਹਦਾ ਅੱਛਾ ਮੈਂ 500 ਦੀ ਲਈ ਬੈਂਗੋਈ ਕਹਿੰਦੇ ਪੈਸੇ ਵੀ ਘਰ ਕੇ ਲਾਏ ਤੇ ਮੱਝ ਵੀ ਘਰ ਕੇ ਲਿਆਇਆ ਮੈਨੂੰ ਕਹੇ ਫਿਰ 2 ਵੱਜਾਂ ਲੈ ਲੈ ਇਹ ਦੇ ਦੇ ਇਹ ਦੇ ਦੇ ਪੈਸੇ ਪੂਸੇ ਦੂਏ ਕਹਿੰਦਾ ਹੈ ਨਹੀਂ ਕੋਈ ਕੱਟਾ ਕੁੱਟਾ ਮਗਰ ਲੈਣਾ ਉਹ ਵੀ ਲੈ ਲੈ
ਬਣੀ ਮਤਲਬ ਕਿ ਇਹਦੇ ਕਿੰਨੇ ਕਿੰਨੇ ਮਰਬੇ ਸੀ ਹਰਾਮ ਰਸਤੇ ਗਵਾਏ। ਅੱਛਾ ਤਾਇਆ ਉੱਧਰ ਆਪਣੀ ਜ਼ਮੀਨ ਕਿੰਨੀ ਸੀ? ਉੱਧਰ ਜ਼ਮੀਨ 20 ਕਮਾਂਡ ਦਾ ਖਾਤਾ ਸੀ। ਕਮਾਂਡ ਕੀ ਕੀ ਕਹਿੰਦੇ ਸੀ? ਕਿੱਲਾ ਕਿੱਲਾ ਕਿੰਨੀ ਚਾਰ ਕਿੱਲਾ ਨਾ ਯਾਰ ਕਿ ਦੁਆੜਾ 10 ਕਿੱਲੇ ਕਹਿ ਲੈ ਬਾਬਾ ਜੀ। ਤੇ ਇੱਧਰ ਆ ਕੇ ਕੀ ਬਾਬਾ ਜੀ ਬਾਬਾ ਜੀ ਹਾਂਜੀ ਬੇਟਾ 1 ਮਿੰਟ 2 ਕਰੋਨਾ ਕੱਟੀ ਗਈ ਜਿਹੜੇ ਮਨੂੰ ਸੀ ਚੀ ਗਏ ਅੱਛਾ ਇਹ ਬਾਬਾ ਜੀ ਚੀ ਗਏ ਖੜੇ ਜੋ ਅੱਗ ਜਾਣੇ ਸੀ ਜਿਹੜਾ ਕੰਮ ਨੇ ਹਾਂ ਬਾਬਾ ਜੀ ਬਾਬਾ ਜੀ ਜਾਂਦੇ ਆ ਸਾਨੂੰ ਕਿਦਾਂ ਸਾਵੇਂ ਗਈ ਹੈ ਸਾਨੂੰ ਵੀ ਘੱਟ ਪਈ 6 ਘੰਟੇ ਕੱਟ ਰਹੀ ਹੈ ਹਾਂ ਸਾਡਾ ਇਹ ਆ ਨਾ ਸਾਡੀ ਉਹ ਕਾਸੀ ਦੀ ਸ਼ਰਾ ਤੇ ਆ ਗਈ ਸੀ ਬੇਰੀ ਵਾਲਾ ਮਰੱਬਾ ਜਿਹੜਾ ਬੇਰੀ ਵਾਲਾ ਹੀ ਪਿਆ ਸਾਨੂੰ ਉਹ ਕਾਸੀ ਦੀ ਸ਼ਰਾ ਤੇ ਆ ਗਿਆ ਸਾਨੂੰ ਤੇ ਪਈ 4 ਕਨਾਲਾਂ ਤੇ ਉਹ ਤੁਹਾਡੇ ਤੇ ਇੱਕ ਗੱਲ ਹੋਰ ਵੀ ਹੋਈ ਹੈ ਰੁਕਣਾ ਰੁਕਣਾ ਸਕਾ ਉਹਦੀ ਸਾਰੀ ਜ਼ਮੀਨ ਤੁਹਾਡੇ ਬੁੜੇ ਨੂੰ ਸਾਂਝੀ ਛੇੜ ਗਿਆ ਤਾਏ ਸਾਡੇ ਨੇ ਦਬਾ ਦਬੋ ਨਾ ਕਹਿਤਾ ਜਾ ਸਾਡੇ ਲੈ ਹੈ ਕੋਈ ਨਹੀਂ ਪਹੁੰਚਿਆ ਹੁਣ ਸਾਰੀ ਆਪਣੇ ਨਾਲ ਦੇ ਕਾਲੋ ਵੀ ਆ ਤੇ ਇਹ ਸਾਡੇ ਵੜਕੇ ਤੇ ਜਿਹੜੇ ਕੋ 4 ਸਾਲ ਠਹਿਰ ਕੇ ਹੀ ਆਏ ਇੱਥੇ ਪਿੱਛੋਂ ਹਾਂ ਨੇ ਪਿੱਛੋਂ ਤਾਂ ਆ ਗਏ ਸੀ ਸ਼ੇਖੂਪੁਰੇ ਆਹ ਕਰਾਰ ਵਾਲੇ ਆ ਕੇ ਬਹਿ ਗਏ ਵੱਡੇ ਮਨ ਵਾਲੇ ਤੋਂ ਅੰਦਰ ਜਾ ਕੇ ਉੱਥੋਂ ਬਾਅਦ 'ਚ ਫਿਰ ਉੱਠ ਕੇ ਇੱਥੇ ਆਏ ਤੇ ਸ਼ੇਰ ਦੇ ਸੋ ਰਿਹਾ ਪਿੱਛੇ ਉੱਥੋਂ ਹੀ ਆਏ ਸੀ ਜੇ ਸੱਚਾ ਸੀ ਬੈਰੇ ਪੂਰੇ ਇਕੱਠਾ ਕਰਕੇ ਮਾਲ ਬਹੁਤ ਜਾਂਦਾ ਸੀ ਸਹੀ ਤੇ ਇੱਥੇ ਆ ਕੇ ਜੰਗਲੀਆਂ ਨਾਲ ਦੇ ਪਿੰਡਾਂ ਵਾਲੇ ਜਿਹੜੇ ਪਹਿਲਾਂ ਵਸਿੰਦੇ ਸੀ ਇੱਥੇ ਇਹਨਾਂ ਨੇ ਤਾਂ ਨਹੀਂ ਤੰਗ ਕੀਤਾ ਇਹ ਵੀ ਲੜਦੇ ਲੁੜਦੇ ਰਹੇ ਆ ਤਾਂ ਹੀ ਨਾ ਵੀ ਜਦੋਂ ਆਏ ਆ ਉਜੜੇ ਪੁਜੜੇ ਤੁਸੀਂ ਆਏ ਆ ਕੋਈ ਮਖੌਲ ਕਰ ਦਿੱਤੇ ਤੇ ਇਹ ਮਾਗੇ ਰਿਹਾ ਤੁਹਾਡੀ ਕੋ ਬਣਾ ਕੇ ਗੋੜਾ ਆ ਤੁਹਾਡੀ ਭੈਣ ਦੀ ਸੱਕਰ ਹੈਗੀ ਪਈ ਖੂਬ ਠੀਕ ਹੈ ਜੀ ਗੱਲ ਹੁਣ ਇਹਨਾਂ ਦੇ ਬਾਰੇ ਹੀ ਪੁੱਛ ਲਾ ਵੀ ਆ ਜਿਹੜੇ ਖਾਨੂੜੇ ਦੇ ਰਾਹ ਸੀ ਇਹ ਚੌਧਰੀਆਂ ਦੇ ਇੱਥੇ ਜਿਹੜੇ ਉੱਥੇ ਦੇ ਰਾਹ ਹੁੰਦੇ ਸੀ ਚੌਧਰੀ ਹੁੰਦੇ ਸੀ ਬਾਦਸ਼ਾਹ ਹੁੰਦੇ ਸੀ ਇੱਥੇ ਦੇ ਉਹਨਾਂ ਦੇ ਇਹ ਪੱਠੇ ਪਾਉਂਦੇ ਹੁੰਦੇ ਸੀ ਅੱਜ ਜਿਹੜੇ ਅੱਜ ਰਾਹ ਬਣੇ ਮਰੇ ਬਾਈ ਮੇਰੇ ਜਿਹਨੇ ਵੀ ਚੰਗੀ ਜ਼ਮੀਨ ਪਈ ਆ ਨਾ ਇੱਥੇ ਜਿੱਦਾਂ ਹੁਣ ਆਪਣੀ ਬਰਾਦਰੀ ਦੇ ਬੈਠੇ ਸਿਆਣੇ ਤੋਂ ਅੱਗੇ ਚੱਕ ਜਿਹੜੇ ਬੈਠੇ ਆ 38 ਚੱਕ ਡੋਗਰਾਂ ਦਾ ਨਹੀਂ ਨਹੀਂ 14 ਚੱਕ ਜਿਹੜੇ ਉਹ ਜਿਹੜੇ ਅਗਲੇ ਚੱਕ ਸਿਆਣੇ ਤੋਂ ਅੱਗੇ ਆਪਣੀ ਬਰਾਦਰੀ ਦੇ ਬੈਠੇ ਆ ਨਾ ਜਿਹੜੇ 14 ਚੱਕ ਉਹਨਾਂ ਨੂੰ ਵੀ ਡਬਲ ਜ਼ਮੀਨ ਪਈ ਆ 19 ਉਹ ਪਰਾਂ ਪਰਲੇ ਪਿਛਲੇ ਜ਼ਿਲ੍ਹੇ ਉਹਨਾਂ ਦੀ 19 ਇੱਥੇ ਆ ਠੀਕ ਆ ਇੱਥੇ ਜੇ ਇਹਨਾਂ ਦੀ ਜਿਹੜੀ ਆ ਮਰੱਬਿਆਂ ਦੇ ਹਿਸਾਬ ਨਾਲ ਇੱਥੇ ਮਰੱਬਿਆਂ ਦੇ ਹਿਸਾਬ ਨਾਲ ਰਾਵੀ ਚਾ ਇਹ ਉਹਨਾਂ ਨੂੰ ਪਈ ਆ ਜਿਹੜੇ ਅੰਗਰੇਜ਼ਾਂ ਦੇ ਮਨਜ਼ੂਰੇ ਨਜ਼ਰ ਸੀਗੇ ਮਨਜ਼ੂਰੇ ਨਜ਼ਰ ਜਿਹੜਾ ਉਹਨਾਂ ਦੇ ਹੁਕਮ ਜਿਹੜੇ ਉਹਨਾਂ ਦੇ ਤੇਰੇ ਬਾਪ ਪਿੱਠੂ ਸੀਗੇ ਪਿੱਠੂ ਕਹਿੰਦੇ ਆ ਅਹਿਮਦ ਜੀ ਹੱਥ ਨੇ ਰਾਇਟ ਦੀ ਨੂੰ ਜਿੰਨੇ ਵੀ ਇਹ ਸੀਗੇ ਉਹਨਾਂ ਚ ਅੰਗਰੇਜ਼ਾਂ ਦੇ ਘੋੜੇ ਪਾਲਦੇ ਹੁੰਦੇ ਸੀ ਉਹਨਾਂ ਦੀ ਖਿਦਮਤ ਕਰਦਾ ਜੀ ਉਹ ਜ਼ਮੀਨਾਂ ਨੂੰ ਨਾਮ ਦੇ ਗਏ ਉਹੀ ਉਹੀ ਚੀਜ਼ ਦਾ ਦੱਸਣ ਡਿਆ ਨਾ ਤੇ ਜਿਹੜੇ ਸੀਗੇ ਉਹਨਾਂ ਨਾਲ ਆਕੜ ਕੇ ਰਹੇ ਆ ਉਹ ਪਹਿਲਾਂ ਵੀ ਭੁੱਖੇ ਮਰੇ ਤਾਂ ਹਲੇ ਭੁੱਖੇ ਮਰਨ ਡਏ ਆ ਇਹ ਤੇ ਗੱਲ ਤੇ ਜਿਹੜੇ ਉਹਨਾਂ ਇਹ ਫੇਵਰ ਕਰਦੇ ਸੀ ਆਇਆ ਉਹਨਾਂ ਨੂੰ ਦੇਖਭਾਲ ਕਰਦੇ ਇੱਡੇ ਵੱਡੇ ਜ਼ਮੀਨਾਂ ਪੈ ਗਿਆ ਉਹ ਅੰਗਰੇਜ਼ ਜਿਹੜਾ ਨਾ ਕਹਿ ਕੇ ਗਿਆ ਵੀ ਇਹ ਜਿਹੜੇ ਗੁੱਜਰ ਆ ਇਹ ਨਹੀਂ ਮੇਰੇ ਕਾਬੂ ਆਏ ਇਹ ਵੇਰ ਕੇ ਹੀ ਰਹੇ ਆ ਸ਼ੰਕਰ ਆਪਣਾ ਗੜ ਸ਼ੰਕਰ ਦੀਆਂ ਪਹਾੜੀਆਂ ਤੇ ਚੜੇ ਰਹੇ ਆ ਇਹ ਦੇਖ ਲੈ ਫਿਰ ਅੰਗਰੇਜ਼ ਗਿਆ ਪਹਿਲਾਂ ਆ ਵੀ ਤੈਨੂੰ ਗੱਲ ਸੁਣਾਉਣਾ ਪੁਰਾਣੀ ਅੰਗਰੇਜ਼ ਗਿਆ ਇਹ ਕਹਿੰਦੇ ਤੂੰ ਤੇ ਸਾਡੇ ਪੜਦਾ ਹੈ ਉਹ ਕਹਿੰਦੇ ਅਸੀਂ ਅੰਦਰੋਂ ਨਹੀਂ ਨਿਕਲਣਾ ਪਲੇਕ ਪੈ ਗਈ ਤੁਸੀਂ ਅਤੇ ਅੰਦਰੋਂ ਨਿਕਲੋ ਉਹ ਕਹਿੰਦੇ ਫਿਰ ਅਸੀਂ ਅੰਦਰੋਂ ਨਹੀਂ ਨਿਕਲਣਾ ਸਾਡਾ ਪੜਦਾ ਉਹ ਜਦ ਗਏ ਨਾ ਛੇ ਸਾਡੇ ਕੋਲ ਦੇ ਗਏ ਤੰਗਲੀਆਂ ਗਾਉਣ ਵਾਲੀਆਂ ਅਗਰ 6 ਮੂੰਹ ਹੈ ਸਾਰਿਆਂ ਨੇ ਕੋਲ ਮੇਰੇ ਘੋੜੇ ਦਾ ਕੰਨ ਵੀ ਭੰਨ ਦਿੱਤਾ ਇਹ ਨਹੀਂ ਇਹ ਅੰਦਰੋਂ ਨਹੀਂ ਨਿਕਲਦੀ ਹੈਂ ਅਤੇ ਮੈਂ ਹੁਣ ਕਿੱਦਾਂ ਕਰਾਂ ਉਹਨੇ ਕਹਿੰਦੇ ਚੰਗੀ ਚਾਹੁੰਦਾ ਹੁਣ ਤੂੰ ਛੱਡ ਕੇ ਪਿਛਾਂ ਆ ਜਾ ਇਹ ਬਹੁਤ ਸਕਦੀ ਇਹ 5 ਸਾਲ ਬਾਅਦ ਵਿੱਚ ਆਏ ਕ੍ਰਿਸ਼ਨ ਜੀ ਭਲਵਾਨ ਠੀਕ ਆ ਆਪਣਾ ਦੌਲਾ ਗੜ ਸ਼ੰਕਰ ਵਾਲੇ ਜਿੰਨੇ ਸੀ ਹੈ ਨਾ ਗੁੱਜਰ ਇਹ ਆਪਣੇ ਪਹਾੜੀਆਂ ਦੇ ਵਿੱਚ ਜੰਗਲਾਂ 'ਚ ਹੀ ਰਹੇ ਸਾਰੀ ਜ਼ਿੰਦਗੀ ਅੰਗਰੇਜ਼ ਨਾਲ ਵੇਰੇ ਰਹੇ ਆ ਮੰਨੀ ਉਹਨਾਂ ਦੀ ਕੋਈ ਨਹੀਂ ਤੇ ਇਹੀ ਸਜ਼ਾ ਹਲੇ ਤੱਕ ਸਾਨੂੰ ਮਿਲਣ ਡਈ ਆ ਇਹ ਪੁੱਛੋ ਗੁੱਜਰ ਜਿਹੜੀਆਂ ਉਹ ਜਿਹੜਾ ਜਾਣ ਜਿੱਥੇ ਦੇ ਉੱਥੇ ਗੁੱਜਰ ਮਾਰ ਦਿਓ ਮਾਰੇ ਕਿਉਂ ਗੱਲ ਲੱਗੀ ਸੀ ਕੀ ਗੱਲ ਸੀ ਇਹਨੂੰ ਵਜ੍ਹਾ ਕੀ ਕਿਹਾ ਉਹਨਾਂ ਬੰਦੇ ਇਹ ਮੈਨੂੰ ਪਤਾ ਪੁੱਛਣਾ ਅੱਛਾ ਗੱਲ ਬਾਈ ਨੂੰ ਦੱਸਦੇ ਸੀਗੇ ਗੱਲ ਕਹਿੰਦੇ ਸੀਗੇ ਉੱਥੇ ਹੋਟਲ ਦੇ ਉੱਤੇ
ਇੰਸਪੈਕਟਰ ਦੀ ਕੋਈ ਚੀਜ਼ ਖੋਈ ਸੀਗੀ ਉਹ ਕੀ ਸੀਨ ਸੀਗਾ ਬਾਬਾ ਜੀ ਥਾਣੇਦਾਰ ਦੀ ਕੋਈ ਸ਼ੈ ਖੋਈ ਹੋਈ ਸੀ ਹੋਟਲ ਦਾ ਕੋਈ ਰੋਲਾ ਉਹ ਬਸ ਹੋਟਲ ਤੇ ਨਹੀਂ ਖੋਈ ਹੋਟਲ ਵਿੱਚ ਚੱਲਦਾ ਬੈਠੇ ਤੇ ਉਹ ਇਹ ਗੱਲ ਲੱਗੀ ਹੈ ਪਈ ਕਰਫਿਆ ਜਦ ਲੱਗ ਜਾਣਾ ਨਾ ਭੂਠਾਂ ਦਾ ਇੰਨੇ ਨਹੀਂ ਚੰਗੇ ਸੀਗੇ ਮੁਸਲਮਾਨ ਨੂੰ ਚੱਕ ਕੇ ਹੋਟਲ ਵਿੱਚ ਦੂਆ ਆਟਾ ਉੱਥੇ ਦੇਣਾ ਕੰਮ ਲੱਗਾ ਰਿਹਾ ਉੱਥੇ ਗ੍ਰਹਿਣ ਹੋਟਲ ਪਹਿਲਾਂ ਗ੍ਰਹਿਣ ਹੋਟਲ ਲੱਗਾ ਰਿਹਾ ਨਾ ਫਿਰ ਸਾਨੂੰ ਮਟਰ ਹੋ ਗਿਆ ਵੀ ਤੁਸੀਂ ਫਿਰ ਉੱਥੇ ਥਾਣੇਦਾਰ ਦੀ ਸ਼ਾਇਦ ਕੀ ਰੋਲਾ ਸੀ ਥਾਣੇਦਾਰ ਨੇ ਜਿਹੜੇ ਕਿਹਾ ਸੀ ਥਾਣੇਦਾਰ ਨੇ ਮੁੰਡੇ ਨੂੰ ਕਿਹਾ ਸੀ ਲਾ ਦੇ ਸਿਗਰਟ ਲਾ ਦੇ ਸਿੱਖ ਦੇ ਉਹ ਤਾਂ ਇੱਦਾਂ ਹੀ ਹੋਈ ਸੀ ਸਿਗਰਟ ਖੋਲੀ ਕੀ ਲੱਗਾ ਕੁਰਸੀ ਤੇ ਐਡਾ ਕੁ ਮੁੰਡਾ ਮੇਰੇ ਵਰਗਾ ਸਮਝ ਲਿਆ ਨਹੀਂ ਸਮਝ ਲਿਆ ਸੀਗਾ ਉਹਨੇ ਕਿਹਾ ਕਿਰਪਾਨ ਹੈ ਜਿਹਨੂੰ ਸਿੱਖਾਂ ਤੋਂ ਨਾ ਖੋਲਿਆ ਸਿੱਖਣੀਆਂ ਤੁਰੀਆਂ ਜਾਂਦੀਆਂ ਸਿੱਖ ਟਹਿਲਦੀ ਜਾਂਦੀ ਨਾ ਕਈ ਇੱਥੋਂ ਇਹ ਖੋਲਿਆ ਸਿੱਖ ਕਹਿੰਦੇ ਕਿਰਪਾਨ ਹੈ ਤਾਂ ਕੰਮ ਹੁਣ ਖੋਲਿਆ ਉਹਨੇ ਜਾ ਕੇ ਮਨ ਲੱਗਦੇ ਨਹੀਂ ਸਿੱਖ ਤਾਂ ਫੜਾਈ ਠਾਣੀ ਗੱਲ ਕੋਲ ਆਪਣਾ ਨਹੀਂ ਚੱਲਦੀ ਉਹਦੀ ਬਾਂਹ ਨੂੰ ਲਾ ਕੇ ਮੈਂ ਚੰਡ ਕਹਾਓ ਤੋਂ ਸਿੱਖਾਂ ਅਸੀਂ ਅਗਰ ਪਾਕਿਸਤਾਨ ਨੇ ਕਹਾਉਣ ਬਹੁਤ ਪਾਕਿਸਤਾਨ ਇਟਵਾਨਾ ਬਰਾਦਰੀ ਬਣੀ ਕਿੱਥੋਂ ਆ ਅੰਗਰੇਜ਼ ਦੀ ਪੱਖੀ ਚੱਲਦੇ ਸੀਗੇ ਦੋ ਆਨੇ ਇਹਨਾਂ ਦੀ ਤਨਖਾਹ ਹੋਣੀ ਉਹਨੇ ਕਹਿੰਦਾ ਮਿਸਟਰ ਟੂ ਆਨਾ ਦੋ ਆਨੇ ਤਨਖਾਹ ਤੋਂ ਉਹਨੇ ਕਹਿੰਦਾ ਮਿਸਟਰ ਟੂ ਆਨਾ ਉਹ ਟੂ ਆਨਾ ਜਿਹੜਾ ਹਨਾ ਵੀ ਦੋ ਜਿਹੜਾ ਅੰਗਰੇਜ਼ੀ ਟੂ ਆ ਜਾਂਦਾ ਉਹ ਟੂ ਆਨੇ ਤੋਂ ਟੁਆਨਾ ਬਣ ਗਿਆ ਟੁਆਨਾ ਬਣ ਗਿਆ ਇਹ ਜਿਹੜੀ ਲਿਖੀ ਬੜੀ ਗੱਲ ਆ ਏਦਾਂ ਨਹੀਂ ਵੀ ਐਵੇਂ ਕਹਾਵਤ ਨਹੀਂ ਆਹੋ ਕਲਕੱਤਾ ਸ਼ਹਿਰ ਸੀਗਾ ਕੱਟਾ ਰੱਖ ਨੂੰ ਜਗ੍ਹਾ ਦੇ ਦੇ ਹਾਂ ਕੱਟਾ ਰੱਖ ਬਾਦਸ਼ਾਹ ਬਿਮਾਰ ਹੋ ਗਿਆ ਤਾਂ ਉਹਦਾ ਇਲਾਜ ਕੀਤਾ ਉਹ ਕੱਟੇ ਦਾ ਤੰਦ ਕੱਟਿਆ ਫਿਰ ਸਾਰਾ ਕਲਕੱਤਾ ਸ਼ਹਿਰ ਬਣ ਗਿਆ ਉਹ ਚੀਟੀਆਂ 'ਚ ਫਿਰ ਤਾਂ ਸੌ ਸਾਲ ਪਹਿਲੇ ਜੜ੍ਹਾਂ ਵਾਲਾ ਜਿਹੜਾ ਇਹ ਕਹਿੰਦੇ ਸੀ ਵੀ ਉਹ ਜੜ੍ਹਾਂ ਵਾਲੇ ਬੋਰਡ ਦੇ ਕੋਲ ਜਾ ਕੇ ਟੱਕਰਦੇ ਆ ਉਹ ਬੋਰਡ ਵਿੱਚੋਂ ਲਫ਼ਜ਼ ਜੁੜੇ ਗਿਆ ਜੜ੍ਹਾਂ ਵਾਲਾ ਹੀ ਰਹਿ ਗਿਆ ਜੜ੍ਹਾਂ ਵਾਲਾ ਹੀ ਰਹਿ ਗਿਆ ਬੋਰਡ ਕੱਟ ਦਿੱਤਾ ਜੜ੍ਹ ਰਹਿ ਗਏ ਇੱਥੇ ਆ ਜੜ੍ਹਾਂ ਵਾਲਾ ਹੀ ਰਹਿ ਗਿਆ ਜੜ੍ਹਾਂ ਰਹਿ ਗਈਆਂ